ਹੈਲੋ एवरीवन ਮਾਈਸੈਲਫ ਮਨਪ੍ਰੀਤ ਐਂਡ ਵੈਲਕਮ ਹੈ ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ ਸੋ ਆਈ ਹੋਪ ਤੁਸੀਂ ਵੈਕੈਂਸੀ ਰਿਲੀਜ਼ ਹੋਣ ਤੋਂ ਬਾਅਦ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਦਿੱਤੀ ਹੋਊਗੀ ਫਾਰ BFHHS ਸਟਾਫ ਨਰਸਿਸ ਐਗਜ਼ਾਮ ਸੋ ਜਿੱਦ ਤੱਕ ਕਿ ਮੈਂ ਤੁਹਾਨੂੰ ਕੱਲ ਦੀ ਵੀਡੀਓ ਚ ਕਿਹਾ ਸੀਗਾ ਕਿ ਆਪਾਂ ਜੋ ਪ੍ਰੀਵੀਅਸ ਕੁਐਸਚਨ ਪੇਪਰ ਹੈਗਾ ਯਾਂ ਉਹ ਡਿਸਕਸ ਕਰਾਂਗੇ ਸੋ ਡੈਟ ਕੀ ਜੇ ਨਾ ਨਹੀਂ ਪੇਪਰ ਨਹੀਂ ਵੀ ਦਿੱਤਾ ਉਹਨਾਂ ਨੂੰ ਆਈਡੀਆ ਹੋ ਜਾਵੇ ਕਿ ਪੇਪਰ ਦੇ ਵਿੱਚ ਕੁਐਸਚਨ ਕਿੱਦਾਂ ਆਂਦੇ ਆ ਸੋ ਜੋ ਲਾਸਟ ਟਾਈਮ ਪੇਪਰ ਹੋਇਆ ਸੀ ਫਾਰ ਦਾ ਸਟਾਫ ਨਰਸਿਸ ਐਗਜ਼ਾਮ ਟੋਟਲੀ ਉਹ ਐਨਕਲੈਕਸ 베이스 ਪੇਪਰ ਸੀਗਾ ਠੀਕ ਹੈ ਐਨਕਲੈਕਸ ਦੀਆਂ ਬੁੱਕਸ ਦੇ ਵਿੱਚੋਂ ਹੀ ਉਹ ਪੇਪਰ ਸੈੱਟ ਹੋਇਆ ਸੀਗਾ ਬਟ ਬੀਐਫਜੂ ਐਚਐਸ ਦਾ ਪੈਟਰਨ ਕਦੇ ਵੀ ਸੇਮ ਨਹੀਂ ਰਹਿੰਦਾ ਹੋ ਸਕਦਾ ਕਿ ਇਸ ਵਾਰੀ ਕੁਝ ਡਾਇਰੈਕਟ ਕੁਐਸਚਨਸ ਵੀ ਆ ਜਾਣ ਸੋ ਇਸ ਪੇਪਰ ਨੂੰ ਦੇਖਣ ਤੋਂ ਬਾਅਦ ਅੱਜ ਮੈਂ 15 ਕੁਐਸਚਨ ਡਿਸਕਸ ਕਰੂੰਗੀ ਇਸ ਤੋਂ ਪਹਿਲਾਂ ਮੈਂ AIMS નોਰਸੈਟ ਦੇ ਲਈ ਡਾਇਰੈਕਟ ਪੁਆਇੰਟਰਸ ਬਣਾਏ ਸੀਗੇ 골ਡਨ ਪੁਆਇੰਟਰਸ ਸੋ ਤੁਸੀਂ ਉਹ ਵਾਲੇ ਪੁਆਇੰਟਰਸ ਦੇਖਣੇ ਆ ਬਿਕਾਜ਼ ਡਾਇਰੈਕਟ ਕੁਐਸਚਨ ਅਗਰ ਆਗੇ ਤਾਂ ਉਹਦੇ ਵਿੱਚ ਤੁਹਾਡੇ ਸਿੱਧੇ ਸਿੱਧੇ ਕੁਐਸਚਨ ਸੋਲਵ ਹੋ ਜਾਣਗੇ ਠੀਕ ਹੈ ਸੋ AIMS નોਰਸੈਟ ਦੇ ਵਿੱਚ ਡਾਇਰੈਕਟ ਕੁਐਸਚਨ ਬਹੁਤ ਸਾਰੇ ਆਏ ਸੀਗੇ ਉਹਨਾਂ ਵੀਡੀਓਜ਼ ਦੇ ਵਿੱਚ ਸੋ ਚਲੋ ਠੀਕ ਹੈ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਸੋ ਅਗਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਪਲੀਜ਼ ਸਬਸਕ੍ਰਾਈਬ ਦਾ ਸੋ ਸਟਾਰਟ ਕਰਦੇ ਹਾਂ ਸੋ ਇਹ ਸੀਗਾ ਫਰਸਟ ਕੁਐਸਚਨ ਅ ਹੌਸਪਿਟਲਾਈਜ਼ਡ ਕਲਾਈਂਟ ਇਜ਼ ਡਿਸਔਰੀਐਂਟਡ ਐਂਡ ਐਕਟਿਵਲੀ ਸਾਈਕੋਟਿਕ ਸੋ ਵਿਚ ਆਫ ਦੀ ਫੋਲੋਇੰਗ ਵਿਲ ਬੀ ਪਲਾਨਡ ਫॉर ਨਰਸਿੰਗ ਇੰਟਰਵੈਂਸ਼ਨ ਸੋ ਜੋ ਫਰਸਟ ਕੁਐਸਚਨ ਸੀਗਾ ਸਾਈਕੀਐਟ੍ਰਿਕ ਨਰਸਿੰਗ ਤੋਂ ਸੀਗਾ ਤੇ ਕੁਐਸਚਨ ਇੰਡਾਇਰੈਕਟ ਫਾਰਮ ਦੇ ਵਿੱਚ ਸੀਗੇ ਸੋ ਦੇਖੋ ਹੌਸਪਿਟਲਾਈਜ਼ਡ ਕਲਾਈਂਟ ਹੈਗਾ ਯਾ ਜੋ ਕਿ ਡਿਸਔਰੀਐਂਟਡ ਹੈਗਾ ਯਾ ਟੂ ਟਾਈਮ ਪਲੇਸ ਐਂਡ ਪਰਸਨ ਠੀਕ ਹੈ ਐਂਡ ਐਕਟਿਵਲੀ ਸਾਈਕੋਟਿਕ ਹੈ ਦੋ ਕੰਡੀਸ਼ਨਸ ਹੋ ਗਈਆਂ ਠੀਕ ਹੈ ਸੋ ਹੁਣ ਤੁਸੀਂ ਦੱਸਣਾ ਕਿ ਨਰਸਿੰਗ ਇੰਟਰਵੈਂਸ਼ਨ ਕੀ ਹੋਣੀ ਚਾਹੀਦੀ ਹੈ ਇਹਦੇ ਵਿੱਚੋਂ ਸੋ ਆਪਸ਼ਨਸ ਹੈਗਾ ਰਿਕੁਐਸਟ 뎃 ਦਾ ਕਲਾਈਂਟ ਇੰਟਰੈਕਟ ਵਿਦ ਦਾ ਪੀਅਰਸ ਕੇ ਜੋ ਗਰਪ ਅਦਰ ਗਰਪ ਆਫ ਪਰਸਨਸ ਹੈਗੇ ਆ ਉਹਨਾਂ ਦੇ ਨਾਲ ਉਹ ਇੰਟਰੈਕਟ ਕਰੇ ਸੈਕਿੰਡ ਹੈਗਾ ਅਨਕਰੀਜ ਦੀ ਕਲਾਈਂਟ ਟੂ ਪਾਰਟਿਸਿਪੇਟ ਇਨ ਅ ਯੂਨਿਟ ਪ੍ਰੋਗਰਾਮ ਠੀਕ ਹੈ ਜੋ ਯੂਨਿਟ ਪ੍ਰੋਗਰਾਮ ਜੋ ਵਾਚ ਐਕਟੀਵਿਟੀਆਂ ਹੁੰਦੀਆਂ ਉਹਦੇ ਵਿੱਚ ਕਲਾਈਂਟ ਪਾਰਟਿਸਿਪੇਟ ਕਰੇ ਸੋ ਥਰਡ ਆਪਸ਼ਨ ਹੈਗਾ ਰਿਐਲਿਟੀ ਓਰੀਐਂਟੇਸ਼ਨ ਐਂਡ ਆਪਸ਼ਨ ਡੀ ਇਜ਼ ਇਨਵੋਲਵਮੈਂਟ ਇਨ ਅ ਮੈਲਿਓ ਸੋ ਮੈਲਿਓ ਕੀ ਹੁੰਦਾ এনवायरमेंट ਹੁੰਦਾ ਠੀਕ ਹੈ ਸਰਾਊਂਡਿੰਗ এনवायरमेंट ਦੇ ਵਿੱਚ ਕਲਾਈਂਟ ਇੰਟਰਐਕਟ ਕਰੇ ਸੋ ਇੱਥੇ ਦੇਖੋ ਦੇਖ ਕੇ ਪਤਾ ਲੱਗਦਾ ਕਿ ਆਪਸ਼ਨ ਏ ਬੀ ਐਂਡ ਡੀ ਇਹ ਤੇ ਨੋ ਸਮਿਲਰ ਆ ਠੀਕ ਹੈ ਕਿ ਕਲਾਇੰਟ ਨੂੰ ਆਪਾਂ ਇੰਟਰੈਕਟ ਕਰਵਾ ਰਹੇ ਹਾਂ ਜਦ ਕਿ ਕੰਡੀਸ਼ਨ ਕੀ ਹੈ ਕਿ ਕਲਾਇੰਟ ਇਸ ਟੋਟਲੀ ਡਿਸਔਰੀਐਂਟਡ ਹੁਣ ਉਹ ਔਰੀਐਂਟਡ ਹੀ ਨਹੀਂ ਹੈਗਾ ਟੂ ਟਾਈਮ ਪਲੇਸ ਐਂਡ ਪਰਸਨ ਐਂਡ ਸਾਈਕੋਟਿਕਾ ਸੋ ਸਾਈਕੋਸਿਸਿਕ ਅਜਿਹੀ ਕੰਡੀਸ਼ਨ ਹੈ ਜਿਹਦੇ ਵਿੱਚ ਪੇਸ਼ੈਂਟ ਦਾ ਕੰਟੈਕਟ ਲਾਸ ਹੋ ਜਾਂਦਾ ਵਿਦ ਦਾ ਰਿਐਲਿਟੀ ਠੀਕ ਹੈ ਸੋ ਜਿਹਦੇ ਵਿੱਚ ਹਲੂਸੀਨੇਸ਼ਨਸ ਹੋ ਸਕਦੇ ਡਿਲੀਊਜ਼ਨਸ ਹੋ ਸਕਦੇ ਆ ਐਂਡ ਅਦਰ ਸਾਈਕੋਟਿਕ ਸਿੰਟਮਸ ਹੋ ਸਕਦੇ ਆ ਸੋ ਡਿਸਔਰੀਐਂਸ਼ਨ ਦੇ ਕਰਕੇ ਵੀ ਪੇਸ਼ੈਂਟ ਇੰਟਰੈਕਟ ਨਹੀਂ ਕਰ ਸਕਦਾ ਐਂਡ ਸਾਈਕੋਸਿਸ ਦੇ ਕਰਕੇ ਵੀ ਉਹ ਇੰਟਰੈਕਟ ਨਹੀਂ ਕਰੂਗਾ ਆਪਣੇ ਪੀਅਰਸ ਦੇ ਨਾਲ ਜਾਂ ਯੂਨਿਟ ਪ੍ਰੋਗਰਾਮ ਦੇ ਵਿੱਚ ਜਾਂ ਮੈਲਿਓਥੈਰਪੀ ਦੇ ਵਿੱਚ ਸੋ ਇਸ ਟਾਈਮ ਤੇ ਜੋ ਰਿਕੁਆਇਰਡ ਇੰਟਰਵੈਂਸ਼ਨ ਹੈਗੀ ਆ 댓 ਇਜ਼ ਦੀ ਰਿਐਲਿਟੀ ਓਰੀਐਂਟੇਸ਼ਨ ਸੋ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੇਅਰ ਠੀਕ ਹੈ ਸੋ ਨੈਕਸਟ ਕੁਐਸਚਨ ਸਿਗਾ ਕੈਲਕੂਲੇਸ਼ਨ ਵਾਲਾ ਅ ਪੇਸ਼ੈਂਟ ਹੈਜ਼ ਬੀਨ ਪ੍ਰਿਸਕ੍ਰਾਈਬਡ ਡਾਈਜੋਕਸਿਨ 125 ਮਾਈਕਰੋਗ੍ਰਾਮ ਬਾਇ ਮਾਉ ਠੀਕ ਹੈ ਏਵਰੀ ਮਾਰਨਿੰਗ ਡਾਇਗਨੋਸਡ ਵਿਦ ਦਾ ਹਾਰਟ ਫੇਲਿਅਰ the pharmacy dispenses a tablet that contains the 0.25 mg each so being a nurse how many tablets need to be administered in each dose so bahut hi easy siga hai question so itthe formula lagna siga dose is equal to desired dose over available dose theek hai so desired dose ki hai giya prescribed dose ki hai giya 125 microgram ਔਰ ਜਿਹੜੀ ਤੁਹਾਨੂੰ ਅਵੇਲੇਬਲ ਹੈਗੀ ਹੈ दैट इज 0.25mg ਸੋ ਇਥੇ ਸਭ ਤੋਂ ਪਹਿਲਾਂ ਤੁਸੀਂ ਇਹ ਯੂਨਿਟ ਸੇਮ ਕਰਨੇ ਆ ਠੀਕ ਹੈ ਸੋ ਆਪਾਂ ਯੂਨਿਟ ਕਨਵਰਜਨ ਕਰ ਲਈ 0.25mg 250 ਮਾਈਕਰੋਗ੍ਰਾਮ ਠੀਕ ਹੈ ਹੁਣ ਤੁਸੀਂ ਇਸ ਫਾਰਮੂਲਾ ਦੇ ਵਿੱਚ ਵੈਲਿਊਜ਼ ਪੁੱਟ ਕਰ ਦੇਣੀ ਆ ਡਿਜ਼ਾਇਰ ਡੋਸ ਕਿੰਨੀ ਹੋ ਗਈ 125 ਐਂਡ ਅਵੇਲੇਬਲ ਹੋਗੀ 250 ਠੀਕ ਹੈ ਸੋ ਹਾਫ ਟੈਬਲੇਟੇ ਦਾ ਆਨਸਰ ਆਊਗਾ অপਸ਼ਨ A ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ ਠੀਕ ਹੈ ਸੋ ਇਹ ਫਾਰਮੂਲਾ ਇਹਨੂੰ ਯਾਦ ਰੱਖਣਾ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਸੋ ਨੈਕਸਟ ਕੁਐਸਚਨ ਹੈਗਾ ਅ ਕਮਿਊਨਿਟੀ ਹੈਲਥ ਨਰਸ ਸ਼ੁੱਡ ਇਨਕਲੂਡ ਵਿਚ ਆਫ ਦੀ ਫੋਲੋਇੰਗ ਵੈਨ ਇਨਫਾਰਮਿੰਗ ਅ ਕਲਾਇੰਟ ਅਬਾਊਟ ਹੋਮ ਕੇਅਰ ਸਰਵਿਸਸ ਸੋ ਹੋਮ ਕੇਅਰ ਸਰਵਿਸ ਦੇ ਤੇ ਕੁਐਸਚਨ ਸੀਗਾ ਸੋ ਆਪਸ਼ਨ ਏ ਇਜ਼ ਅ ਡਿਪੈਂਡੈਂਸੀ ਔਨ ਹੋਮ ਕੇਅਰ ਨਰਸ ਵਿਲ ਡਿਵੈਲਪ ਸੋ ਹਸਪੀਟਲ ਦੇ ਵਿੱਚ ਡਿਪੈਂਡੈਂਸੀ ਜ਼ਿਆਦਾ ਹੁੰਦੀ ਆ ਰਦਰ ਹੋਮ ਸੋ ਇਹ ਆਪਸ਼ਨ ਤੇ ਇਨਕਰੈਕਟ ਆ ਸੋ ਆਪਸ਼ਨ ਬੀ ਇਜ਼ ਹੋਮ ਕੇਅਰ ਵਿਲ ਕਾਸਟ ਮੋਰ ਦੈਨ ਸਟੇਇੰਗ ਇਨ ਅ ਹਸਪੀਟਲ ਸੋ ਦਿਸ ਆਪਸ਼ਨ ਇਜ਼ ਅਗੇਨ ਇਨਕਰੈਕਟ ਸੋ ਆਪਸ਼ਨ ਸੀ ਇਜ਼ देयर ਆਰ ਲਿਮਿਟਸ ਟੂ ਐਡਵਾਂਸਸ ਇਨ ਟੈਕਨੋਲੋਜੀ ਸੋ ਹੋਮ ਕੇਅਰ ਸਰਵਿਸਿਜ਼ ਦੇ ਵਿੱਚ ਵੀ ਐਡਵਾਂਸ ਟੈਕਨੋਲੋਜੀ ਦੇ ਨਾਲ ਵੀ ਕੈਨ ਪ੍ਰੋਵਾਈਡ ਕੇਅਰ ਟੂ ਦਾ ਪੇਸ਼ੀਐਂਟ ਸੋ ਦਿਸ ਆਪਸ਼ਨ ਇਜ਼ ਅਗੇਨ ਨਾਟ ਸੋ ਮਚ ਅਪਰੋਪਰੀਏਟ ਐਂਡ ਆਪਸ਼ਨ ਡੀ ਕੀ ਹੈਗਾ ਯਾ ਗ੍ਰੇਟਰ ਆਟੋਨੋਮੀ ਐਂਡ ਕੰਟਰੋਲ ਓਵਰ ਦਾ ਸੈਲਫ ਕੇਅਰ ਆਰ ਫੋਸਟਰ ਸੋ केयर गि इम्स रैदर इनपिटल और इंस्टीट्यूशन डी इज द रईट आंसर ऑफ दिस क्वेश्चन सो नैक्सट क्वेश्चन देखते हैं सो नैक्सट क्वेश्चन वॉज अबाउट एथीकल डायल्मा सो एथिकल डायलमा बहुत इंपॉर्टेंट टॉपिक है एथीकल प्रिंसिपलू तो पता होने चाहिए so which of the following is the best example of the ethical dilemma faced by a nurse so sab to pehla te tuhnu pata hona chahida ki what is ethical dilemma so ethical dilemma exists when the nurse must make the decision about what is right and what is ਰੌਂਗ ਹੁਣ ਆਪਾਂ ਆਪਸ਼ਨਸ ਇੱਕ ਵਾਰੀ ਦੇਖ ਲੈਣੇ ਆ ਡਿਸਾਈਡਿੰਗ ਵੈਦਰ অর ਨਾਟ ਟੂ ਪਲੇਸ ਦਾ ਕਲਾਈਂਟ ਇਨ ਅ ਪ੍ਰਾਈਵੇਟ ਰੂਮ ਸੋ ਇਹਦੇ ਵਿੱਚ ਤਾਂ ਕੋਈ ਐਥੀਕਲ ਡਾਇਲਮਾ ਨਹੀਂ ਹੈਗਾ ਸੋ ਨੈਕਸਟ ਇਜ਼ ਡਿਸਾਈਡਿੰਗ ਦਾ ਆਰਡਰ ਇਨ ਵਿੱਚ ਦਾ ਸਟਾਫ ਮੈਂਬਰ ਸ਼ੁੱਡ ਟੇਕ देयर ਬ੍ਰੇਕ ਸੋ ਇਹ ਵੀ ਕੋਈ ਜ਼ਿਆਦਾ ਮੇਜਰ ਪ੍ਰੋਬਲਮ ਨਹੀਂ ਹੈਗੀ ਕੋਈ ਐਥੀਕਲ ਡਾਇਲਮਾ ਨਹੀਂ ਹੈ So option C is deciding whether or not to ask the another nurse to care for a very complex client. So we can ask the another nurse to care for a complex client if you are not able to care for that client. So this is no ethical dilemma. So option D here deciding whether or not to tell a client about the client diagnosis. So this is the ethical dilemma. Okay. So this situation can put the nurse in state of ethical dilemma if the patient is suffering from any kind of the chronic illness okay? So withholding the information about the diagnosis potentially brings up conflicting issues of veracity, veracity truthfulness, fidelity, faithfulness with the patient and beneficence means working for the benefit of the patient. ਨੈਸੈਸਿਟੀ ਫਿਡੈਲਿਟੀ ਐਂਡ ਬੈਨੀਫਿਸੈਂਸ ਇਹ ਕੀ ਹੈਗੇ ਐਥੀਕਲ ਪ੍ਰਿੰਸੀਪਲਸ ਆ ਸੋ ਟੋਟਲ ਕਿੰਨੇ ਐਥੀਕਲ ਪ੍ਰਿੰਸੀਪਲਸ ਹੈਗੇ ਆ ਐਂਡ ਉਹਨਾਂ ਦੇ ਨਾਮ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਅਗਰ ਤੁਹਾਨੂੰ ਪਤਾ ਹੈ ਬਿਕੋਜ਼ ਦਿਸ ਇਜ਼ ਅ ਇੰਪੋਰਟੈਂਟ ਕੁਐਸਚਨ ਐਂਡ ਕੈਨ ਬੀ ਆਸਕ ਦਿਸ ਟਾਈਮ ਠੀਕ ਹੈ ਸੋ ਐਥੀਕਲ ਡਾਇਲਮਾ ਐਂਡ ਐਥੀਕਲ ਪ੍ਰਿੰਸੀਪਲਸ ਆਰ ਇੰਪੋਰਟੈਂਟ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈਗਾ ਆ ਆਪਸ਼ਨ ਡੀ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਸੋ ਨੈਕਸਟ ਕੁਐਸਚਨ ਇਜ਼ ਵੈਨ ਕਾਉਂਸਲਿੰਗ ਅ ਪ੍ਰੀ ਅਕਲੈਂਪਟਿਕ ਕਲਾਇੰਟ ਅਬਾਊਟ ਹਰ ਡਾਈਟ ਵਾਟ ਸ਼ੁੱਡ ਨਰਸ ਐਨਕਰੇਜ ਦਾ ਔਮਨ ਟੂ ਡੂ ਪ੍ਰੀ ਐਕਲੈਂਸ਼ੀਆ ਦਾ ਕਲਾਇੰਟ ਹੈ ਠੀਕ ਹੈ ਪ੍ਰੈਗਨੈਂਸੀ ਦੇ ਵਿੱਚ ਜੋ ਹਾਈਪਰਟੈਂਸ਼ਨ ਹੋ ਜਾਂਦੀ ਆ ਐਂਡ ਪ੍ਰੋਟੀਨ ਯੂਰੀਆ ਹੁੰਦਾ ਡੈਟ ਕੰਡੀਸ਼ਨ ਇਜ਼ ਨੋਨ ਐਸ ਦੀ ਪ੍ਰੀ ਐਕਲੈਂਸ਼ੀਆ ਸੋ ਉਸ ਕੰਡੀਸ਼ਨ ਦੇ ਵਿੱਚ ਵਾਟ ਸ਼ੁੱਡ ਨਰਸ ਐਨਕਰੇਜ ਦਾ ਔਮਨ ਟੂ ਡੂ ਆਪਸ਼ਨਸ ਆਰ ਅਵੋਇਡ ਦੀ ਸਿੰਪਲ ਸ਼ੂਗਰ ਈਟ ਅ ਵੈਲ ਬੈਲੈਂਸਡ ਡਾਈਟ ਆਪਸ਼ਨ ਸੀ ਇਜ਼ ਰੈਸਟ੍ਰਿਕਟ ਦੀ ਸੋਡੀਅਮ ਇਨਟੇਕ ਐਂਡ ਆਪਸ਼ਨ ਡੀ ਇਜ਼ ਇਨਕਰੀਜ਼ ਦੀ ਇਨਟੇਕ ਆਫ ਦੀ ਫਲੂਇਡਸ ਸੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈਗਾ ਹੈ ਦੈਟ ਇਜ਼ ਆਪਸ਼ਨ ਬੀ ईट अ वेल बैलेंस डाइट सो एट दैट टाइम बहुत सारे स्टूडेंट्स नगता कि ऑप्शन सज द राइट आंसर बट द राइट ऑप्शन इज ऑप्शन बी सो अगर रिसर्च आर्टिकल्स चैक करोगे इस टॉपिक दे कि प्रीए कलैमशिया सोडियम रिसट्रिकशन इज रिक्वायर्ड और नॉट दैन रिसर्च आर्टिकल्स कहें सोडियम रिस्ट्रिक्ट डाइट टू प्रवेंट और टू ट्रीट द प्रेगनेंसी इनड्यूसड हाइपर टेंशन इज नॉट इफेक्टिव ठीक है सो इट इंपॉर्टेंट टू इनक्लूड दराइट ऑफ फ्रूट्स वेजिटेबल्स होल ग्रेन प्रोटीनस एंड कैलशियम रिट

दैन ब्लड पी एच लैवल अब सैवन पॉइंट फाइव दैन ब्लड पी एच लैवल बिलो सैवन पॉइंट थ्री सो ए रइट ऑप्शन की होना चाहिए सो इस क्वेश्चन का राइट ऑप्शन हैगाप्शन डी ठीक है सो so देखो नेम तो यह क्लीयर आ डायबेटिक की टू एसीडोसिस मीनस कि एसीडोसिस हो रहे हैं सो नॉर्मल पी एच कि नॉर्मल पी एच इज़ सैवन पॉइंट थ्री फाइव टू सैवन पॉइंट फोर फाइव सो अगर सैवन पॉइंट थ्री फाइव तो वैल्यू ਘੱਟ ਹੈ ਗਈਆਂ ਲੈਸ ਹੈ ਗਈਆਂ ਦੈਨ ਉਹ ਕੀ ਹੋਗੀ ਕੰਡੀਸ਼ਨ ਐਸਿਡੋਸਿਸ ਹੋਊਗੀ ਠੀਕ ਹੈ ਔਰ ਅਗਰ 7.45 ਤੋਂ ਜ਼ਿਆਦਾ ਹੈ ਦੈਨ ਉਹ ਕੰਡੀਸ਼ਨ ਹੋਊਗੀ ਐਲਕੈਲੋਸਿਸ ਠੀਕ ਹੈ ਸੋ ਹੁਣ ਇੱਥੇ ਐਸਿਡੋਸਿਸ ਹੈਗਾ ਜਾਂ ਠੀਕ ਹੈ ਸੋ ਇਹਦਾ ਰਾਈਟ ਆਨਸਰ ਹੋਊਗਾ 7.3 ਤੋਂ ਅਗਰ ਪੀਐਚ ਬਿਲੋ ਹੈਗੀਆ ਸੋ ਬਾਕੀ ਇੱਥੇ ਵੈਲਿਊਜ਼ ਦਿੱਤੀਆਂ ਹੋਈਆਂ ਕਾਰਬਨ ਡਾਈਆਕਸਾਈਡ ਦੀਆਂ ਕਾਰਬਨ ਡਾਈਆਕਸਾਈਡ ਦਾ ਮੈਟਾਬੋਲਿਕ ਐਸਿਡੋਸਿਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਬਿਕਾਜ਼ ਇੱਥੇ ਰੋਲ ਪਲੇ ਕਰਦੇ ਆ ਬਾਈਕਾਰਬੋਨੇਟ ਆਇਨਸ ਠੀਕ ਹੈ ਐਚ ਸੀਓ थ्री आइनस रोल प्ले करते हैं इन केस ऑफ मैटाबॉलिक एसिडोसिस ठीक है सो इस करके दोनों ऑप्शन से बिल्कुल गलत आ ए एलकेसिस डिक्राइब करता एसिडोसिस डिस्क्राइब करेगा बिलो सैवन पॉइंट थ्री ओके सो राइट ऑप्शन इज ऑप्शन डी ਸੋ ਕੁਐਸਚਨ ਨੰਬਰ 7 ਕੀ ਸੀ ਅ ਨਰਸ ਵਿਲ ਐਡਮਿਨਿਸਟਰ ਦਾ ਲਿਕੁਇਡ ਮੈਡੀਸਿਨ ਟੂ ਅ 9 ਮੰਥ 올ਡ ਚਾਈਲਡ ਸੋ ਵਿਚ ਆਫ ਦੀ ਫਾਲੋਇੰਗ ਮੈਥਡ ਇਜ਼ ਐਪਰੋਪਰੀਏਟ ਠੀਕ ਹੈ ਸੋ ਲਿਕੁਇਡ ਮੈਡੀਸਿਨ ਦੇਣੀ ਆ ਟੂ 9 ਮੰਥ 올ਡ ਚਾਈਲਡ ਸੋ ਐਪਰੋਪਰੀਏਟ ਮੈਥਡ ਕੀ ਆ ਮੈਡੀਸਿਨ ਦੇਣ ਦਾ ਸੋ অপਸ਼ਨ A ਇਜ਼ ਐਡਮਿਨਿਸਟਰ ਦਾ ਮੈਡੀਕੇਸ਼ਨ ਵਿਦ ਦਾ ਸੁਰਿੰਜ ਨੈਕਸਟ ਟੂ ਦਾ ਟੰਗ ਸੋ ਇਹਦੇ ਨਾਲ ਤਾਂ ਐਸਪੀਰੇਸ਼ਨ ਹੋ ਸਕਦੀ ਆ ਦਿਸ অপਸ਼ਨ ਇਜ਼ ਇਨਐਪਰੋਪਰੀਏਟ then mix the medication with infant formula in a bottle so at the beginning this is a wrong intervention so next is allow the infant to drink the liquid from the medicine cup so this is not the right intervention so option d here hold the child in upright position and administer the medication by a spoon so this is a right intervention so that to prevent the aspiration so option d is the right answer of this question ओके सो विद दिस मूविंग टुवर्ड्स द नेक्स्ट क्वेश्चन सो अगर ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ देन ਇਸ ਚੈਨਲ ਦੀ سپورਟ ਦੇ ਲਈ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਆ ਕਮੈਂਟ ਕਰਕੇ ਆਪਣੀ ਫੀਡਬੈਕ ਪ੍ਰੋਵਾਈਡ ਕਰ ਸਕਦੇ ਆ ਐਂਡ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਸਕਦੇ ਆ ਸੋ ਚਲੋ ਦੇਖਦੇ ਆ ਨੈਕਸਟ ਕੁਐਸਚਨ ਅ ਨਰਸ ਹਿਅਰ ਦੀ ਅਲਾਰਮ ਸਾਊਂਡ ਔਨ ਅ ਟੈਲੀਮੈਟਰੀ ਮੀਨਸ ਕਾਰਡੀਓ ਮੋਨਿਟਰ ਐਂਡ ਕਵਿਕਲੀ ਲੁక్స్ ਐਟ ਅ ਮੋਨਿਟਰ ਐਂਡ ਨਰਸ ਨੋਟਸ ਦੈਟ ਦ ਕਲਾਈਂਟ ਇਜ਼ ਇਨ ਵੈਂਟ੍ਰਿਕੂਲਰ ਟੈਕਿਕਾਰਡੀਆ so the nurse rushes to the client room and on reaching the client bedside the nurse should perform which action first so client is in ventricular tachycardia so which nursing intervention should be taken first so options are here deliver the two effective breaths begin the chest compressions option c is determine the unresponsiveness and option d is open the AOV. ਸੋ ਦੇਖੋ ਇਨ ਕੇਸ ਆਫ ਵੈਂਟ੍ਰਿਕੂਲਰ ਟੈਕਿਕਾਰਡिया चेकिंग दी ਅਨਰਿਸਪੌਂਸਿਵਨੈਸ ਆਫ ਅ ਪੇਸ਼ੀਐਂਟ ਇਜ਼ ਅ ਫਰਸਟ ਐਕਸ਼ਨ ਟੂ ਟੇਕ ਠੀਕ ਹੈ ਬਿਕੋਜ਼ ਇਨ ਕੇਸ ਆਫ ਵੈਂਟ੍ਰਿਕੂਲਰ ਟੈਕਿਕਾਰਡिया ਹੁੰਦਾ ਕਿ ਆ देयर ਇਜ਼ ਅ ਸਿਗਨੀਫੀਕੈਂਟ ਡਿਕਰੀਸ ਇਨ ਕਾਰਡੀਕ ਆਊਟਪੁੱਟ ਐਂਡ ਇਫ ਦਾ ਪੇਸ਼ੀਐਂਟ ਇਜ਼ ਅਨਰਿਸਪੌਂਸਿਵ ਥੈਨ ਜਸਟ ਬਿਗਨ ਦਾ ਬੇਸਿਕ ਸੀਪੀਆਰ ਐਂਡ ਡੀਫਿਬ੍ਰਿਲੇਸ਼ਨ ਸੋ ਇਹਦੇ ਨਾਲ ਹੀ ਨੈਕਸਟ ਪੋਰਸ਼ਨ ਦੇਖਦੇ ਆਂ so next question is again from a psychiatric nursing the appropriate goal for a client with anxiety would be so anxiety kiya. anxiety is a neurotic disorder neurotic disorder means it is a mild psychiatric disorder so anxiety a patient no goal ki hoga ventilate her feeling to the nurse yes so the appropriate goal for a client with anxiety is to ventilate the feelings with the nurse सो नैक्सट इज असटैबलिश द कॉन्टैक्ट विद रियलिटी सो न्यूरोसिस ऑफ कॉन्टैक्ट विद रियलिटी नहीं हूँ दिस इज़ इन केस ऑफ साइकॉसिस सो यी इंटरवेंशन हैगी है ये इनएप्रोपरीएट आ अगर इतने साइकॉसिस होंगे दैन ए इंटरवेंशन रइट होनी सी सो नैक्सट है लर्न द सैल्फ हेल्प टैक्नीकस फॉर रिड्यूसिंग द एनजाइटी सो जो फर्स्ट इंटरवेंशन आऊगी वह आऊगी वेंटीलेट द फीलिंगस विद नर्वस एंड सैकेंड आऊगा लर्न द सैल्फ हेल्प टैक्नीकस ਸੋ ਇਹ ਆਪਸ਼ਨ ਵੀ ਬਾਅਦ ਵਿੱਚ ਆਣਾ ਸੀਗਾ ਸੋ ਇੱਥੇ ਫਰਸਟ ਆਪਸ਼ਨ ਜੋ ਸਹੀ ਹੈਗਾ ਯਾ that is ventilation of the feelings ਐਂਡ ਆਪਸ਼ਨ ਡੀ ਹੈਗਾ ਬਿਕਮ ਦਾ ਡੀਸੈਂਸਿਟਾਈਜ਼ਡ ਟੂ ਪਾਸਟ ਟਰੋਮਾ ਸੋ ਪਾਸਟ ਟਰੋਮਾ ਅਗਰ ਹੈ THEN A ਹੋਣਾ ਸੀਗਾ ਫਿਰ ਪੀਟੀਐਸਡੀ ਦੇ ਵਿੱਚ ਠੀਕ ਹੈ ਸੋ ਪੀਟੀਐਸਡੀ ਵੀ ਇੱਕ ਨਿਊਰੋਟਿਕ ਡਿਸਆਰਡਰ ਹੀ ਆ ਵਿਚ ਇਜ਼ ਅ ਪੋਸਟ ਟਰੋਮੈਟਿਕ ਸਟ्रेस ਡਿਸਆਰਡਰ ਸੋ ਇੱਥੇ ਜੋ ਰਾਈਟ ਆਂਸਰ ਬੰਦਾ ਰਾਈਟ ਆਪਸ਼ਨ ਆ that is ਆਪਸ਼ਨ A ਸੋ ਇਹਦੇ ਨਾਲ ਹੀ ਨੈਕਸਟ ਕੁਐਸਚਨ ਦੇਖਦੇ ਆਂ so next question is so next question is from Ob Gaini. so a client with 38 week of pregnancy is admitted in a early labor so 38 week the pregnancy okay? early labor the which a patient then patient is carrying the twins so twins pregnancy yeah? and one of the fetus is with breech presentation and to fetus are, that is with the breech presentation so the nurse assistant planning care for a client and perform the following as highest to lowest actions in care of this client so highest to lowest priority actions valdusi well, janaya tika so these are all options option first is gather the equipment for starting the iv line then attach the electronic fetal monitoring option c is measure the fundal height and option d is ਪ੍ਰਪੇਅਰ ਦੀ ਕਲਾਇੰਟ ਫਾਰ ਪੋਸੀਬਲ ਸਰਜ਼ੇਰੀਅਨ ਸੈਕਸ਼ਨ ਸੋ ਦੇਖੋ ਇਸ ਕੁਐਸਚਨ ਨੂੰ ਆਨਸਰ ਕਰਨਾ ਬਹੁਤ ਈਜ਼ੀ ਸੀਗਾ ਆਲ ਦੋ ਕੁਐਸਚਨ ਥੋੜਾ ਲੈਂਥੀ ਸੀਗਾ ਆਪਸ਼ਨਸ ਵੀ ਇਦਾਂ ਦਿੱਤੇ ਸੀਗੇ ਬਟ ਦੇਖੋ ਇਸ ਕੰਡੀਸ਼ਨ ਦੇ ਵਿੱਚ ਕੀ ਸੀਗਾ ਕਿ ਪੇਸ਼ੀਐਂਟ ਲੇਬਰ ਦੇ ਵਿੱਚ ਸੀਗਾ ਅਰਲੀ ਲੇਬਰ ਸੀਗਾ ਟਵਿਨ ਸੀਗੇ ਬ੍ਰੀਚ ਪ੍ਰੈਜੈਂਟੇਸ਼ਨ ਸੀਗੀ ਐਂਡ ਇਸ ਕੰਡੀਸ਼ਨ ਦੇ ਵਿੱਚ ਜੋ ਮੇਨ ਗੋਲ ਹੁੰਦਾ ਹੈ ਥੈਟ ਇਜ਼ ਟੂ ਮੇਨਟੇਨ ਦਾ ਫੀਟਲ ਵੈਲਵਿੰਗ ਠੀਕ ਹੈ ਸੋ ਫੀਟਲ ਵੈਲਵਿੰਗ ਨੂੰ ਮੇਨਟੇਨ ਕਿੱਦਾਂ ਕਰਨਾ ਸੀਗਾ ਵਾਈ ਅਟੈਚਿੰਗ ਦੀ ਇਲੈਕਟ੍ਰੋਨਿਕ ਫੀਟਲ मॉनिट्रिंग ठीक so, है सो ਇਹਦੇ ਵਿੱਚ ਜੋ ਹਾਈएस्ट ਪ੍ਰਾਇੋਰਟੀ ਐਕਸ਼ਨ ਬਣਨਾ ਸੀਗਾ ਜੋ ਫਰਸਟ ਐਕਸ਼ਨ ਬਣਨਾ ਸੀਗਾ ਆਪਸ਼ਨ ਬੀ ਹੋਣਾ ਸੀਗਾ ਹੁਣ ਇੱਥੇ ਜੋ 기ਵਨ ਆਪਸ਼ਨ ਦਿੱਤੇ ਹੋਏ ਆ ਇਹਦੇ ਵਿੱਚ ਜੋ ਫਰਸਟ ਇਕੋ ਹੀ ਆਂਦਾ ਆ ਬੀ ਸਿਰਫ ਇੱਕੋ ਆਪਸ਼ਨ ਦੇ ਵਿੱਚ ਆ ਬੀ ਠੀਕ ਹੈ ਉਸ ਤੋਂ ਬਾਅਦ ਡੀ ਆਂਦਾ ਪ੍ਰਪੇਅਰ ਫॉर द ਪੋਸਿਬਲ ਸੇਰੀਅਨ ਸੈਕਸ਼ਨ ਠੀਕ ਹੈ ਉਹ ਵੀ ਸਹੀ ਹੈ ਉਸ ਤੋਂ ਬਾਅਦ ਏ ਆਪਸ਼ਨ ਹੈਗਾ ਕਿ ਗੈਦਰ ਦ ਇਕਵਿਪਮੈਂਟਸ ਫॉर स्टार्टिंग ਦੀ ਆਈ ਵੀ ਲਾਈਨ ਐਂਡ ਆਪਸ਼ਨ ਸੀ ਇਜ਼ ਅ ਲਾਸਟ ਪ੍ਰਾਇੋਰਟੀ ਐਕਸ਼ਨ ਦੈਟ ਇਜ਼ ਟੂ ਮੈਜਰ ਦਾ ਫੰਡਲ ਹਾਈਟ ਸੋ ਆਪਸ਼ਨ ਬੀ ਤੋਂ ਹੀ ਇਸ ਕੁਐਸਚਨ ਦਾ ਆਨਸਰ ਦਿੱਤਾ ਜਾ ਸਕਦਾ ਸੀਗਾ ਹਾਂ ਅਗਰ ਆਪਸ਼ਨ ਬੀ ਦੋ ਆਪਸ਼ਨ ਦੇ ਵਿੱਚ ਹੁੰਦਾ ਦੈਨ ਥੋੜੀ ਕਨਫਿਊਜ਼ਨ ਹੋਣੀ ਸੀਗੀ ਸੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਹੈਗਾ ਦੈਟ ਇਜ਼ ਆਪਸ਼ਨ ਬੀ BD AC ਇਹਨੇ ਰਾਈਟ অপਸ਼ਨ ਸੀਗੇ ਸੋ ਨੈਕਸਟ ਕੁਐਸਚਨ ਇਜ਼ 杜ਰਿੰਗ ਅ ਐਂਟੀਬਾਇਓਟਿਕ ਐਡਮਿਨਿਸਟ੍ਰੇਸ਼ਨ ਦਾ ਨਰਸ ਇਨਸਪੈਕਟ ਦੀ 2 ਡੇ 올ਡ ਆਈਵੀ ਸਾਈਟ ਔਨ ਅ ਪੇਸ਼ੀਐਂਟ ਹੂ ਇਜ਼ ਨਿਊਟ੍ਰੋਪੈਨਿਕ ਨਿਊਟ੍ਰੋਪੈਨਿਕ ਪੇਸ਼ੀਐਂਟ ਐਂਡ देयर इज ਅ ਰੈਡਨੈਸ ਓਵਰ ਦਾ ਸਾਈਟ ਬਟ ਵਿਦਆਊਟ ਦੀ ਸਵੈਲਿੰਗ ਐਂਡ ਦਾ ਕਲਾਈਂਟ ਕੰਪਲੇਨਸ ਆਫ ਦੀ ਟੈਂਡਰਨੈਸ ਵੀ ਹੈਗੀਆਂ ਉੱਥੇ ਠੀਕ ਹੈ ਸੋ ਇਟ ਮੀਨਸ ਕਿ ਕੀ ਕੰਡੀਸ਼ਨ ਆਇੱਥੇ ਫਿਲਬਾਈਟਸ ਆ ਠੀਕ ਹੈ ਸੋ ਫਿਲਬਾਈਟਸ ਦੇ ਵਿੱਚ ਜੋ ਇੰਪੋਰਟੈਂਟ ਨਰਸਿੰਗ ਇੰਟਰਵੈਂਸ਼ਨ ਪ੍ਰਾਇਓਰਟੀ ਇੰਟਰਵ অপশনস হাগিয়া চেকিং দি ভাইটাল সাইন্স বিফোর यूजिंग दी আইভি সাইট দেন ইনফর্মিং দি ক্লায়েন্ট দি আইভি উইল नीड टू बी चेंज टू अ নিউ সাইট हां जी सो जो फिलवाइटस ਹੁੰਦਾ ਹੈ ਆ ਫਿਲਵਾइटਸ ਵਿੱਚ ਜੋ ਇੰਪੋਰਟੈਂਟ ਪ੍ਰਾਇੋਰਟੀ ਐਕਸ਼ਨ ਹੁੰਦਾ दैट इज टू चेंज द আইভি সাইਟ ਠੀਕ ਹੈ ਸੋ ਇਹਦਾ রাইট অপশন ਬਣਨਾ অপশন ਬੀ সো अदर ऑप्शनਸ ਆ जस्ट ਡਿਸਟਰੈਕਟਰਸ Okay, so next question is again from the psychiatric nursing and it is about the schizophrenia. So, which of the following descriptions of dopamine hypothesis is accurate about the causes of the ਸਕਿਜ਼ੋਫਰੇਨੀਆ ਸੋ ਸਕਿਜ਼ੋਫਰੇਨੀਆ ਦੇ ਵਿੱਚ ਡੋਪਾਮਾਈਨ ਹਾਈਪੋਥੈਸਿਸ ਦੇ ਉੱਤੇ ਕੁਐਸਚਨ ਸੀਗਾ ਸੋ ਆਪਸ਼ਨਸ ਆਪਾਂ ਦੇਖਦੇ ਹਾਂ ਦ ਕਿਡਨੀਜ਼ ਕਾਜ਼ ਦੀ ਐਕਸੈਸਿਵ ਲੈਵਲ ਆਫ ਡੋਪਾਮਾਈਨ ਇਨ ਅ ਬਾਡੀ ਥੈਟ ਦ ਕਿਡਨੀਜ਼ ਡੋਨਟ ਰੈਡੀਲੀ ਐਕਸਕ੍ਰੀਟ ਠੀਕ ਹੈ ਕਿ ਕਿਡਨੀਜ਼ ਦੇ ਵਿੱਚੋਂ ਡੋਪਾਮਾਈਨ ਐਕਸਕ੍ਰੀਟ ਨਹੀਂ ਹੋ ਰਿਹਾ ਐਂਡ ਬਾਡੀ ਚ ਉਹਦੀ ਅਮਾਉਂਟ ਐਕਸੈਸਿਵ ਹੋ ਰਹੀ ਆ ਸੋ ਦਿਸ ਆਪਸ਼ਨ ਇਜ਼ ਟੋਟਲੀ ਰੋਂਗ ਠੀਕ ਹੈ ਐਦਾਂ ਨਹੀਂ ਹੁੰਦਾ ਸੋ ਆਪਸ਼ਨ ਬੀ ਇਜ਼ देयर इज अ ਐਕਸੈਸ ਆਫ ਡੋਪਾਮਾਈਨ ਫਾਊਂਡ ਐਟ ਅ ਸਿਨੈਪਟਿਕ ਲੈਫਟ ਇਨ ਅ ਬ੍ਰੇਨ ਸੋ ਦਿਸ ਆਪਸ਼ਨ ਇਜ਼ ਵੈਰੀ ਐਕੂਰੇਟ ਸੋ ਡੋਪਾਮਿਨ ਦਾ ਜੋ ਸਾਈਨੈਪਟਿਕ ਲੈਫਟ ਦੇ ਉੱਤੇ ਅਮਾਉਂਟ ਆ ਉਹ ਜ਼ਿਆਦਾ ਹੋ ਜਾਂਦਾ ਬਟ ਇ ਸਾਈਨੈਪਟਿਕ ਲੈਫਟ ਇਟ ਇਜ਼ ਅ ਸਾਈਟ ਬਿਟਵੀਨ ਪ੍ਰੀ ਸਾਈਨੈਪਟਿਕ ਨਿਊਰਨ ਐਂਡ ਪੋਸ ਸਾਈਨੈਪਟਿਕ ਨਿਊਰਨ ਸੋ ਇਸ ਸਾਈਟ ਦੇ ਉੱਤੇ ਡੋਪਾਮਿਨ ਦਾ ਲੈਵਲ ਹਾਈ ਹੋ ਜਾਂਦਾ ਹੈ ਠੀਕ ਹੈ ਸੋ ਉਸ ਦੇ ਕਰਕੇ ਕੀ ਹੁੰਦਾ ਹੈ ਸਾਈਕੋਸਿਸ ਐਂਡ ਸੋਫਰੇਨੀਆਂ ਵਰਗੀਆਂ ਡਿਜ਼ੀਜ਼ਸ ਫਿਰ ਹੋ ਸਕਦੀਆਂ ਠੀਕ ਹੈ ਸੋ ਇਹ ਸੀਗਾ ਡੋਪਾਮਿਨ ਹਾਈਪੋਥੈਸਿਸ ਸੋ ਟੂ ਲिटल ਡੋਪਾਮਿਨ ਦਾ ਨਹੀਂ ਹੁੰਦਾ ਡੋਪਾਮਿਨ ਲੈਵਲ ਹਾਈ ਹੁੰਦਾ ਹੈ ਐਂਡ ਅਬਨਾਰਮਲ ਲੈਵਲ ਆਫ ਡੋਪਾਮਿਨ ਕਾਜ਼ਸ ਸਟਰਕਚਰਲ ਬ੍ਰੇਨ ਅਬਨਾਰਮੈਲिटीज ਸੋ ਡੋਪਾਮਿਨ ਦਾ ਲੈਵਲ ਹਾਈ ਹੋਣ ਕਰਕੇ ਸਟਰਕਚਰਲ ਚੇਂजेस ਨਹੀਂ ਹੁੰਦੀਆਂ ਬ੍ਰੇਨ ਦੇ ਵਿੱਚ ਠੀਕ ਹੈ ਸੋ ਦਿਸ অপਸ਼ਨ ਇਜ਼ ਅਗੇਨ ਇਨਐਕੂਰੇਟ ਸੋ ਅਗਰ ਤੁਸੀਂ ਐਂਟੀ ਸਾਈਕੋਟਿਕ ਡਰੱਗਸ ਦਾ ਮੈਕੈਨਿਜ਼ਮ ਆਫ ਐਕਸ਼ਨ ਪੜਿਆ ਹੋਊਗਾ ਤਾਂ ਉਹੀ ਹੁੰਦਾ ਹੈ ਕਿ ਇਸ ਸਾਈਟ ਦੇ ਉੱਤੇ ਜੋ ਐਂਟੀ ਸਾਈਕੋਟਿਕ ਡਰੱਗਸ ਆ ਡੋਪਾਮਾਈਨ ਦੇ ਲੈਵਲ ਨੂੰ ਨਾਰਮਲਾਈਜ਼ ਕਰਦੀਆਂ ਜੋ ਕਿ ਇੱਥੇ ਐਕਸੈਸਿਵ ਹੁੰਦਾ ਹੈ ਠੀਕ ਹੈ ਸੋ ਇਸੇ ਕਰਕੇ ਆਪਾਂ ਜੋ ਐਂਟੀ ਸਾਈਕੋਟਿਕ ਡਰੱਗਸ ਹੈਗੇ ਆ ਉਹਨਾਂ ਨੂੰ ਆਪਾਂ ਡੋਪਾਮਿਨਰਜਿਕ ਐਂਟਾਗੋਨਿਸਟ ਵੀ ਬੋਲਦੇ ਆ ਬਿਕੋਜ਼ ਡੋਪਾਮਾਈਨ ਦੇ ਲੈਵਲ ਨੂੰ ਰਿਡਿਊਸ ਕਰਦੀਆਂ ਜਾਂ ਨਾਰਮਲਾਈਜ਼ ਕਰਦੀਆਂ ਸੋ ਰਾਈਟ ਆਪਸ਼ਨ ਸੀਗਾ ਇਹਦਾ ਆਪਸ਼ਨ ਬੀ ਸੋ ਨੈਕਸਟ ਕੁਐਸਚਨ ਇਜ਼ when the purpose is to limit the incidence of disease while controlling the causes and risk factors so which of the following is right options are primordial prevention primary prevention secondary prevention or tertiary prevention equal question gear when the purpose is to limit the incidence of a disease while controlling the causes and risk factors ਸੋ ਜੋ ਪ੍ਰਾਈਮੋਡੀਅਲ ਪ੍ਰੀਵੈਂਸ਼ਨ ਹੁੰਦੀ ਹੈ ਪ੍ਰਾਈਮੋਡੀਅਲ ਪ੍ਰੀਵੈਂਸ਼ਨ ਦੇ ਵਿੱਚ ਗੋਲ ਕੀ ਹੁੰਦਾ ਟੂ ਪ੍ਰੀਵੈਂਟ ਦੀ ਡਿਵੈਲਪਮੈਂਟ ਆਫ ਦੀ ਰਿਸਕ ਫੈਕਟਰ ਸੋ ਪ੍ਰਾਈਮੋਡੀਅਲ ਦੇ ਉੱਤੇ ਤਾਂ ਆਪਾਂ ਰਿਸਕ ਫੈਕਟਰਸ ਨੂੰ ਵੀ ਪ੍ਰੀਵੈਂਟ ਕਰਨ ਦੀ ਟਰਾਈ ਕਰਦੇ ਆਂ ਜੋ ਪ੍ਰਾਇਮਰੀ ਪ੍ਰੀਵੈਂਸ਼ਨ ਹੈਗਾ ਯਾ 댓 ਇਜ਼ ਟੂ ਮੈਨੇਜ ਦੀ ਰਿਸਕ ਫੈਕਟਰਸ ਐਂਡ ਟੂ ਪ੍ਰੀਵੈਂਟ ਦੀ ਆਨਸੈਟ ਆਫ ਦੀ ਡਿਜ਼ੀਜ਼ ਸੋ ਇਹੀ ਤੁਹਾਡੇ ਕੋਲ ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਬਣੂਗਾ ਫਿਰ ਪ੍ਰਾਇਮਰੀ ਪ੍ਰੀਵੈਂਸ਼ਨ ਸੈਕੰਡਰੀ ਪ੍ਰੀਵੈਂਸ਼ਨ ਫੋਕਸ ਔਨ अर्ਲੀ ਡਾਇਗਨੋਸਿਸ ਐਂਡ ਪ੍ਰੌਮਪਟ ਟ੍ਰੀਟਮੈਂਟ ਐਂਡ ਟਰਸ਼ੀਅਰੀ ਪ੍ਰੀਵੈਂਸ਼ਨ ਇਜ਼ ਫੋਕਸਿੰਗ ਔਨ ਰਿਡਿਊਸਿੰਗ ਦੀ ਕੰਪਲਿਕਸ਼ਨਸ ਐਂਡ ਡਿਸੇਬਿਲਟੀ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਇਜ਼ অপਸ਼ਨ ਬੀ ਪ੍ਰਾਇਮਰੀ ਪ੍ਰੀਵੈਂਸ਼ਨ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਸੋ ਨੈਕਸ while monitoring a 53 year old client who is undergoing the treadmill stress test which client finding would require the most immediate action so options hai gaya chest pain level of 3 on scale of 10 oxygen saturation of 91 so treadmill the 91 saturation is considered as a normal then heart rate of 134 beats per minute so apa jab normal running karde hain jo treadmill te hunde hain ta heart rate enna k increase ho janda theek hai so next is the blood pressure of 152 over 88 mm of mercury so bp ਵੀ ਥੋੜਾ ਜਿਹਾ ਇਨਕਰੀਜ਼ ਹੋ ਸਕਦਾ ਹੈ on the treadmill stress test but ਇਹਦੇ ਵਿੱਚੋਂ ਜੋ ਇਮੀਡੀਏਟ ਇੰਟਰਵੈਂਸ਼ਨ ਜਿੱਥੇ ਤੁਸੀਂ ਲੈਣੀ ਹੈ that is the chest pain level of 3 on scale of 10 because patient ਨੂੰ ਹੋ ਰਿਹਾ ਆ ਡਿਸਨੀਆਂ ਠੀਕ ਹੈ so ਇਸ ਕਰਕੇ ਪੇਸ਼ੈਂਟ ਨੂੰ ਅੱਗੇ ਹੋਰ ਫਰਦਰ ਇਨਵੈਸਟੀਗੇਸ਼ਨ ਦੀ ਨੀਡ ਹੈ ਇੱਥੇ so অপਸ਼ਨ a is the right answer of this question okay so this is the last question of today's video a catabolic enzyme so catabolic enzyme is basically responsible for the destruction of the complex molecule into the simpler ones theke with the release of energy so in a body the breakdown of food in a gii tyy digesting enzyme is a example of the catabolic enzyme so ethe jo right option hoga is question da that, that is option b breakdown of molecules into two or more parts okay ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਿ ਆਪੋਜ਼ਿਟ ਆਫ ਕੈਟਾਬੋਲਿਜ਼ਮ ਦੇ ਲਈ ਆਪਾਂ ਕਿਹੜੀ ਟਰਮ ਯੂਜ਼ ਕਰਦੇ ਹਾਂ so here the right option is option b okay so that's all about the today's video so ਇਸ ਵੀਡੀਓ ਦੇ ਵਿੱਚ ਆਪਾਂ 15 ਕੁਐਸਚਨਸ ਡਿਸਕਸ ਕੀਤੇ ਜੋ ਕਿ ਲਾਸਟ ਜੋ ਬਾਬਾ ਫਰੀਦ ਯੂਨੀਵਰਸਿਟੀ ਨੇ ਪੇਪਰ ਕੰਡਕਟ ਕੀਤਾ ਸੀ ਸਟਾਫ ਨਰਸਸ ਦਾ ਉਹ ਚ ਪੁੱਛੇ ਸਿਗੇ ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਦੈਨ ਮੇਰੀ ਮੋਟੀਵੇਸ਼ਨ ਦੇ ਲਈ ਵੀਡੀਓ ਨੂੰ ਤੁਸੀਂ ਲਾਈਕ ਕਰ ਸਕਦੇ ਆ ਕਮੈਂਟ ਕਰਕੇ ਆਪਣੀ ਫੀਡਬੈਕ ਪ੍ਰੋਵਾਈਡ ਕਰ ਸਕਦੇ ਆ ਐਂਡ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸੋ ਚਲੋ ਕੱਲ ਨੂੰ ਮਿਲਾਂਗੇ ਵੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੁਐਸ਼ਨਸ ਦੇ ਨਾਲ ਇਸੇ ਪੇਪਰ ਦੇ ਸੋ ਇਸ ਤੋਂ ਬਾਅਦ ਤੁਸੀਂ ਜੋ ਪਹਿਲਾਂ ਮੈਂ ਨੌਰਸ ਟੈਮਜ਼ ਦੇ ਲਈ ਲਾਸਟ ਮਿੰਟ ਪ੍ਰੈਪਰੇਸ਼ਨ ਪੁਆਇੰਟਰਸ ਬਣਾਏ ਆ ਉਹ ਪੁਆਇੰਟਰਸ ਦੇਖਨੇ ਸਟਾਰਟ ਕਰ ਦਿਓ ਐਂਡ ਉਹਦੇ ਲਈ ਤੁਸੀਂ ਨੋਟਸ ਵੀ ਬਣਾ ਕੇ ਰੱਖੋ ਠੀਕ ਹੈ ਬਿਕਾਜ਼ ਜਿੰਨੇ ਵੀ ਮੋਸਟ ਇੰਪੋਰਟੈਂਟ ਪੁਆਇੰਟਰਸ ਆ ਉਹ ਸਾਰੇ ਉਹਨਾਂ ਵੀਡੀਓਜ਼ ਦੇ ਵਿੱਚ ਕਵਰਡ ਹੈ ਗਿਆ ਸੋ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਚੈਨਲ ਤੇ ਫੋਲੋ ਕਰ ਸਕਦੇ ਆਂ ਅਗਰ ਤੁਹਾਡੀ ਕੋਈ ਕੁਇਰੀ ਹੈਗੀ ਹੈ ਤੁਸੀਂ ਟੈਲੀਗ੍ਰਾਮ ਚੈਨਲ ਤੇ ਡਾਇਰੈਕਟ ਉੱਥੇ ਮੈਸੇਜ ਕਰ ਸਕਦੇ ਆਂ ਡਿਸਕਸ਼ਨ ਗਰੁੱਪ ਦੇ ਵਿੱਚ ਸੋ ਚਲੋ ਕੱਲ ਮਿਲੂੰਗੀ ਨੈਕਸਟ ਵੀਡੀਓ ਦੇ ਵਿੱਚ ਸੋ ਸਟੇ ਟਿਊਨਡ ਵਿਦ ਨਰਸਿੰਗ ਸਕੋਪ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ